ਸਤਿ ਸ਼੍ਰੀ ਅਕਾਲ ਜੀ, ਹੋਰ ਕਿੱਦਾਂ ਆਓ ਜੀ, ਕਿੱਦਾਂ ਵੀਰੇ? ਹੋਰ ਇਹਨੂੰ ਮੈਂ ਕਿੱਥੇ ਦੇਖਿਆ ਯਾਰ? ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮੁਬਾਰਕਾਂ ਜੀ ਭਾਜੀ। ਬੰਦੇ ਐਸਟੀਮੇਟ ਤੋਂ ਵੱਧ ਹੋ ਗਏ ਜੀ। ਕਿੰਨੇ ਕੁ ਵੱਧ ਹੋ ਗਏ? ਬੱਚੇ ਮਿਲਾ ਕੇ 100 ਬੰਦਾ ਵੱਧ ਗਿਆ ਜੀ। ਭਾਜੀ, ਬੰਦੇ ਐਸਟੀਮੇਟ ਤੋਂ ਵੱਧ ਹੋ ਗਏ ਜੀ। ਬੱਚੇ ਮਿਲਾ ਕੇ 100 ਬੰਦਾ ਵੱਧ ਗਿਆ ਜੀ। ਵਧਾਈਆਂ ਵੀਰੇ, ਵਧਾਈਆਂ। ਬਹੁਤ ਬਹੁਤ ਸਹੀ ਸੀਗਾ। ਹਾਂਜੀ ਵੀਰੇ। ਹਾਂ ਅਮਰ, ਕਿੱਥੇ ਆ ਤੂੰ? ਤੁਸੀਂ ਕਿੱਥੇ ਹੋ? ਮੈਂ ਗੇਟ ਤੇ ਆ। ਕੀ ਗੱਲ ਹੋ ਗਈ? ਮੜ ਜਾ ਆਏਗਾ ਯਾਰ ਮੇਰੇ ਕੋਲ। ਕੀ ਹੋਇਆ? ਤੂੰ ਆ ਜਾ, ਮੈਂ ਤੈਨੂੰ ਆਏ ਤੇ ਦੱਸਦਾ। ਚਲੋ ਮੈਂ ਆਉਣਾ। ਆ ਜਾ ਮੜਾ ਜਾ ਕੇ। ਵੀਰੇ ਕੋਈ ਨਾ ਗੱਲ ਤਾਂ ਹੈਗੀ ਆ। ਮੈਨੂੰ ਵੀਰਾ ਬੁਝਿਆ ਜਿਹਾ ਲੱਗਦਾ, ਤੁਸੀਂ ਪੁੱਛਿਓ। ਬਾਈ ਕੀ ਗੱਲ ਹੋ ਗਈ? ਅਮਰ ਯਾਰ ਮੈਂ ਫਸ ਗਿਆ ਯਾਰ। ਕੀ ਚੱਕਰ ਪੈ ਗਿਆ? ਮੈਂ ਆਜੋ ਉੱਧਰ ਆ ਜਾਓ। ਹਾਂਜੀ ਵੀਰੇ, ਹੁਣ ਦੱਸੋ, ਫੋਨ ਕੀਤਾ ਸੀ ਯਾਰ? ਬੰਦੇ ਵੱਧ ਗਏ ਯਾਰ। ਕੀ ਮਤਲਬ ਬੰਦੇ ਵੱਧ ਗਏ? 200 ਬੰਦੇ ਦਾ ਐਸਟੀਮੇਟ ਸੀਗਾ ਯਾਰ। ਫਿਰ ਕੀ ਹੋ ਗਿਆ? ਬੰਦਾ 350 ਹੋ ਗਿਆ ਯਾਰ। ਤਾਂ ਕੀ ਹੋਇਆ? ਵੀਰੇ ਯਾਰ ਤੂੰ ਮੇਰੀ ਗੱਲ ਨਹੀਂ ਸਮਝ ਰਿਹਾ। ਪਲੇਟ ਸਿਸਟਮ ਆ। ਓਹੋ ਯਾਰ ਵੀਰੇ, ਤੁਹਾਨੂੰ ਹਲਵਾਈ ਕਰਨਾ ਚਾਹੀਦਾ ਸੀ। ਵੀਰੇ ਯਾਰ ਮੈਨੂੰ ਪਤਾ ਨਹੀਂ ਸੀ ਬਈ ਇਦਾਂ ਹੋਊਗਾ, ਮੈਨੂੰ ਕੋਈ ਸਲਾਹ ਦੇਣ ਵਾਲੀ ਸੀ। ਜੇ ਹਲਵਾਈ ਕਰਦੇ ਉੱਕਾ ਬੁੱਕਾ ਕੰਮ ਸੈੱਟ ਰਹਿੰਦਾ। ਮੈਨੂੰ ਨਹੀਂ ਪਤਾ ਸੀਗਾ ਯਾਰ ਬਈ ਪਰ ਪਲੇਟ ਸਿਸਟਮ ਦੇ ਨਾਲ ਇਦਾਂ ਦਾ ਕੁਛ ਹੁੰਦਾ। ਇਹਨਾਂ ਦਾ ਤਾਂ ਕੰਮ ਆ ਯਾਰ ਪਲੇਟਾਂ ਵੇਚਣੀਆਂ। ਜਦੋਂ ਇੱਕ ਬੱਚਾ ਪਲੇਟ ਲੈ ਕੇ ਮੇਰੇ ਮੂਹਰ 'ਤੇ ਨਿਕਲਦਾ ਨਾ ਯਾਰ, ਮੈਨੂੰ ਇੱਦਾਂ ਲੱਗਦਾ ਵੀ ਮੇਰੇ ਤੋਂ 700 ਰੁਪਇਆ ਲੈ ਗਿਆ। ਯਾਰ ਬੱਚਾ 700 ਰੁਪਏ ਦੀ ਪਲੇਟ ਕਿੱਦਾਂ ਖਾਲੂਗਾ? ਇਹਨਾਂ ਨੇ ਤਾਂ ਸਲਾਦ ਵਾਲੀ ਪਲੇਟ ਵੀ 700 ਰੁਪਏ ਦੀ ਲਾਉਣੀ ਆ ਤੁਹਾਨੂੰ। ਹੁਣ ਐਟ ਏ ਟਾਈਮ ਵਿਆਹ ਦੇ ਉੱਤੇ ਮੈਂ ਕੀ ਕਰਾਂ? ਵੀਰੇ ਕੁੜੀ ਵਾਲੇ ਆਪਾਂ ਵਾਂ, ਪੈਲਸ ਵਾਲੇ ਨਹੀਂ। ਪੈਸੇ ਆਪਾਂ ਦੇਣੇ ਆ, ਪੈਲਸ ਵਾਲਿਆਂ ਨੇ ਨਹੀਂ ਦੇਣੇ। ਕਰਜ਼ਾ ਵੀ ਵੀਰੇ ਆਪਾਂ ਲਿੱਤਾ, ਪੈਲਸ ਵਾਲਿਆਂ ਨੇ ਨਹੀਂ। ਅਮਰ ਯਾਰ ਮੇਰਾ ਇੱਕ ਕੰਮ ਕਰ ਦੇਗਾ ਯਾਰ? ਆਹ ਮੇਰੀ ਇੱਜ਼ਤ ਬਚਾ ਲਾ ਵੀਰੇ ਪਲੀਜ਼। ਉਹ ਨਾ ਬਾਈ, ਮੈਂ ਕਰਦਾ ਕੁਛ ਨਾ ਕੁਛ। ਹੁਣ ਬਾਈ ਇਹ ਕੀ ਕਰੂਗਾ? ਯਾਰ ਆ ਮੇਰਾ, ਕੁਛ ਤਾਂ ਕਰੂਗਾ। ਹਾਂ ਡੌਨ, ਕਿੱਥੇ ਆ? ਅੱਡੇ ਤੇ। ਚੱਲ ਮੈਂ ਆ ਗਿਆ। ਦੱਸੋ। ਹੈਲੋ ਹੈਲੋ, ਬੇਇੱਜ਼ਤੀ ਹੋ ਰਹੀ ਆ ਓਏ। ਤੂੰ ਕੀ ਹੋਇਆ? ਆ ਲੈ ਇਹਦੇ ਨਾਲ ਦੇ 150 ਪਲੇਟਾਂ ਕੱਢ ਦੇ। ਬਾਈ ਨੂੰ ਪਲੇਟਾਂ ਕੱਢ ਕੇ ਦੇ 150 ਦੇ ਨਾਲ ਦੀਆਂ। ਪਹਿਲਾਂ ਇੱਜ਼ਤ ਨਾਲ ਕਹਿ ਓਏ। ਆ ਲੈ ਇੱਜ਼ਤ। ਆ ਚੱਕ 500 ਰੁਪਿਆ, ਬਾਕੀ ਪੈਸੇ ਆਪਾਂ ਬਾਅਦ ਚ ਕਰਾਂਗੇ। ਗੱਡੀ ਚ ਰਖਾ ਪਲੇਟਾ ਬਾਈ ਦੇ ਓਏ। ਪਹਿਲਾਂ ਇੱਜ਼ਤ ਨਾਲ ਕਹਿ ਓਏ। ਦੇਖ ਕਮਾਈ ਓਏ, ਫੁੱਦੂ ਖਿੱਚ ਕੇ ਤੇਰਾ ਇੱਜ਼ਤ ਕਰ ਓਏ।
ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਕਿੱਦਾਂ? ਵਧੀਆ ਵਧੀਆ, ਬਹੁਤ ਵਧੀਆ ਪਹਿਲਾਂ ਸੀ ਤੁਹਾਡਾ, ਬਹੁਤ ਵਧੀਆ ਸੋਹਣਾ ਝੂਟੂ। ਕਮੀ ਕੋਈ ਰੱਖਣੀ ਨਹੀਂ ਚਾਹੁੰਦਾ, ਇਸੇ ਲਈ ਲੱਖਾਂ ਦਾ ਖਰਚ ਕਰਦੇ ਆ। ਅਗਲੇ ਦੇ ਘਰ ਜਾ ਕੇ ਧੀ ਨੂੰ ਕੁਝ ਸੁਣਨਾ ਨਾ ਪੈ ਜੇ, ਇਸ ਕਰਕੇ ਪੈਸੇ ਜੋੜਨ ਲਈ ਨਿੱਤ ਮਰਦੇ ਆ। ਆਖਿਰ ਕਿਉਂ ਇਹ ਰੀਤ ਐਸੀ ਬਣਾਈ ਹੈ? ਇੱਕ ਦਿਨ ਚ ਹੀ ਉੱਡ ਜਾਂਦੀ ਸਾਲਾਂ ਦੀ ਕਮਾਈ ਹੈ। ਸੋਚਦੇ ਤਾਂ ਫਿਰ ਆਪਾਂ ਵੀ ਨਹੀਂ ਨਾ ਵੀਰੇ, ਆਪਾਂ ਕੀ ਸੋਚਣਾ? ਆਪਾਂ ਤਾਂ ਰੱਜ ਕੇ ਖਿਲਾਰਾ ਪਾਉਣਾ ਹੈ, ਸਾਰਾ ਟੱਬਰ ਚੱਕ ਕੇ ਲਿਆਉਣਾ ਹੈ। ਬਰਾਤ ਘੱਟ ਹੈ, ਇਕੱਠ ਘੱਟ ਕਰਨਾ ਅਗਲਿਆਂ ਨੇ ਸੋਚਣਾ, ਇਸ ਗੱਲ 'ਤੇ ਅਸੀਂ ਥੋੜ੍ਹੀ ਫਰਮਾਉਣਾ ਹੈ। ਇੱਕ ਪਲੇਟ ਇੱਥੋਂ ਚੱਕ, ਦੂਜੀ ਪਲੇਟ ਉੱਥੇ ਸਿੱਟ, ਖਾਣਾ ਵੀ ਤਾਂ ਖਰਾਬ ਕਰਾਉਣਾ ਹੈ। ਉਹ ਵਿਆਹ ਤਾਂ ਪਹਿਲਾਂ ਵੀ ਹੁੰਦੇ ਸੀ ਪੂਰੇ ਸਾਦੇ, ਲੋਕ ਤਾਂ ਉਹ ਵੀ ਖੁਸ਼ ਵੱਸਦੇ ਨੇ, ਫਿਰ ਕਰਕੇ ਇੰਨਾ ਵਿਖਾਵਾ ਅੱਜ ਕੱਲ੍ਹ ਦੇ ਲੋਕ ਕੀ ਦੱਸਦੇ ਨੇ। ਖਾਂਦੇ ਪੀਂਦੇ ਰੱਜ ਕੇ ਫਿਰ ਵੀ ਕਮੀਆਂ 'ਤੇ ਮੱਚਦੇ ਨੇ। ਖੁਸ਼ੀ ਤਾਂ ਹੁੰਦੀ ਬਾਈ ਅਮੀਰਾਂ ਦੇ ਘਰ, ਲੋਕ ਵਿਖਾਵੇ ਤਾਂ ਗਰੀਬਾਂ ਦੀ ਜਾਨ ਡੱਸਦੇ ਨੇ। ਮੇਰੇ ਫੋਨ ਥੱਲੇ ਰੱਖੋ, ਇੱਜ਼ਤ ਕਰ, ਥੱਪੜ ਕਿੰਨੇ ਮਾਰਨਾ ਸੀ? ਵਾਪਸ ਦੇਉਣੀ ਆ, ਤੂੰ ਪਲੇਟ ਦੱਸ ਕਿੰਨੇ ਦੀ ਆ? ਪੰਜਾਹ ਰੁਪਏ ਪਰ ਪਲੇਟ ਤੇ ਇੱਕ ਲਫੇੜਾ, ਰੁਪਏ ਬਹੁਤ ਘੱਟ, ਸੱਤਰ ਰੁਪਈਏ ਦੇ।